यूथ कांग्रेस। ओ खड़ जा संग ना पा, ओ खड़ जा हौसला रख। एमएलए बनना कोई औखा नहीं आ, साडे भी उत्ते बड़े बड़े मगरमच्छ तुरे फिरदे, कई जड़े समझदे आ कि पता नहीं साडे बिना पार्टी नहीं। कुटिया दे सिंह फसाओ नौजवानों दे, एवं ना पार्टियां दे विच पाड़ पवे। प्रेजेंट ना जिंदाबाद, प्रेजेंट ना यूथ कांग्रेस जिंदाबाद, यूथ कांग्रेस जिंदाबाद। पिंडर तेरी सोच दे पर दियांगे ठोके। मैं ता जसपिंदर जसपिंदर कह रहा सीगा भी मैनू ताकत विखाण दा मौका नहीं मिलिया। आही आ ताकत, आही आ लोकां दी ताकत जिहड़ी साडे सामने खड़ी आ। इह ताकत सरकारी ताकतां नहीं हुंदियां, इह ताकतां जिहड़ियां हुंदियां वा इह लोकां दे कोल हुंदियां। मैं इन्ना जरूर कहना चाहूंगा, मैं बहुत कुछ सोच के आया सी बोलन नूं, लेकिन तुहाडे जोश ने और ਤੁਹਾਡੀ ਹਿੰਮਤ ਨੇ ਇਸ ਵਗਦੇ ਮੀਂਹ ਵਿੱਚ, ਇਸ ਵਗਦੀ ਹਨੇਰੀ ਦੇ ਵਿੱਚ ਜਿਵੇਂ ਜਸਪਿੰਦਰ ਖੜਾ, ਕਾਬਲੇ ਤਾਰੀਫ ਨਹੀਂ ਇਹ। ਹਰ ਨੌਜਵਾਨ ਵਾਸਤੇ ਜਿਹੜਾ ਵੀ ਕੋਈ ਆਮ ਘਰੋਂ ਉੱਠਦਾ ਵਾ, ਉਹਨੂੰ ਇਹ ਸਮਝ ਹੋਣੀ ਚਾਹੀਦੀ ਆ ਵੀ ਇਹ ਜਿਹੜੀਆਂ ਤਾਕਤਾਂ ਮਿਲਦੀਆਂ ਵਾ ਇਹ ਬਿਨਾਂ ਸੰਘਰਸ਼ ਤੋਂ ਨਹੀਂ ਮਿਲਦੀਆਂ। ਔਰ ਯੂਥ ਕਾਂਗਰਸ ਵਿੱਚ ਜਿਵੇਂ ਜਸਪਿੰਦਰ ਸੰਘਰਸ਼ ਕਰ ਰਿਹਾ, ਜਿਵੇਂ ਜਸਪਿੰਦਰ ਲੱਗਾ ਹੋਇਆ, ਮੈਨੂੰ ਪਤਾ ਇੱਥੇ ਜੋ ਟਿਕਟ ਦਾ ਮਸਲਾ ਬਣਿਆ ਪਿਆ। ਮੈਂ ਅਪੀਲ ਕਰਦਾ ਇਸ ਭਰੀ ਸਟੇਜ ਤੋਂ, ਸਾਡੀ ਪੰਜਾਬ ਯੂਥ ਕਾਂਗਰਸ ਦੀ ਪੂਰੀ ਤਾਕਤ ਜਸਪਿੰਦਰ ਮਗਰ ਖੜੀ ਆ। ਜਸਪਿੰਦਰ ਮੈਂ ਅਪੀਲ ਕਰਦਾ ਸਾਡੀ ਇੰਡੀਅਨ ਯੂਥ ਕਾਂਗਰਸ ਦੀ ਜਿੰਨੀ ਤਾਕਤ ਆ, ਸਾਡੇ ਪ੍ਰਧਾਨ ਬੀਬੀ ਸ੍ਰੀਨਿਵਾਸ ਜੀ ਜਿੰਨੀ ਉਹਨਾਂ ਕੋਲ ਤਾਕਤ ਆ, ਸਾਡੇ ਇੰਚਾਰਜ ਬੰਟੀ ਜੀ, ਸਾਡੇ ਇੰਚਾਰਜ ਮੁਕੇਸ਼ ਜੀ, ਅਸੀਂ ਸਾਰੇ ਪੂਰਾ ਜ਼ੋਰ ਲਾ ਕੇ ਇਸ ਮੁੰਡੇ ਦੀ ਟਿਕਟ ਦੀ ਅਗਵਾਈ ਵੀ ਕਰਾਂਗੇ। ਜਿੰਦਾਬਾਦ। ਮੇਰੀ ਉੱਪਰਲਿਆਂ ਨੂੰ ਵੀ ਅਪੀਲ ਆ, ਕਾਨੂੰ ਸਾਡੇ ਪੇਚੇ ਫਸਾਈ ਜਾਂਦੇ ਹੋ, ਕਾਨੂੰ ਸਾਡੇ ਸਿੰਘ ਉਡਾਈ ਜਾਂਦੇ ਹੋ। ਅਗਰ ਤੁਸੀਂ ਕੋਈ ਫੈਸਲਾ ਕੀਤਾ ਵਾ ਤੇ ਸਾਰੇ ਲੀਡਰਾਂ ਨੂੰ ਉੱਥੇ ਬੁਲਾਓ, ਜਿੰਨੇ ਦਾਅਵੇਦਾਰ ਆ ਉਹਨਾਂ ਨੂੰ ਉੱਥੇ ਬੁਲਾਓ, ਔਰ ਬੁਲਾ ਕੇ ਇਹਨਾਂ ਨੂੰ ਇਕੱਠਿਆ ਕਰੋ। ਕਾਂਗਰਸ ਕੋਈ ਥੱਲੋਂ ਨਹੀਂ ਪਾੜਦੀ, ਇਹਨੂੰ ਅਗਰ ਕੋਈ ਪਾੜਦਾ ਵਾ ਤੇ ਉੱਪਰੋਂ ਪਾੜਦੇ ਆ। ਇਸ ਕਰਕੇ ਲੀਡਰਾਂ ਦੇ ਥੱਲੇ ਸਿੰਘ ਨਾ ਫਸਾਓ, ਵਰਕਰਾਂ ਦੇ ਥੱਲੇ ਸਿੰਘ ਨਾ ਫਸਾਓ, ਆਪਸ ਲੋਕਾਂ ਨੂੰ ਨਾ ਪੜਾਓ। ਮੈਂ ਬੇਨਤੀ ਕਰਦਾ ਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ, ਮੈਂ ਬੇਨਤੀ ਕਰਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਆਓ ਆ ਕੇ ਦੇਖੋ ਇੱਥੇ ਲੋਕਾਂ ਦੀ ਤਾਕਤ। ਯੂਥ ਕਾਂਗਰਸ ਜਿੰਦਾਬਾਦ। ਇਹ ਉਹ ਮੁੰਡਾ ਯੂਥ ਕਾਂਗਰਸ, ਇਹ ਉਹ ਮੁੰਡਾ ਵਾ ਯੂਥ ਕਾਂਗਰਸ ਜਿੰਦਾਬਾਦ, ਜਿੰਦਾਬਾਦ। ਉਹ ਬਸ ਕਰ ਯਾਰ, ਕੀ ਨਾਰੇ ਲਾ ਲਾ ਕੇ ਇੱਥੇ ਦਿਖਾਉਣਾ ਚਾਹੁੰਦੇ ਜੇ? ਜੋ ਲੋਕ ਆਏ ਆ ਇਹਦੇ ਵਾਸਤੇ ਤੈਨੂੰ ਨਾਰੇ ਲਾਉਣ ਦੀ ਲੋੜ ਨਹੀਂ। ਮੈਂ ਇਸ ਕਰਕੇ ਗੱਲ ਕਰ ਰਿਹਾ, ਮੈਂ ਅੱਜ ਗੱਲ ਇੱਥੋਂ ਸੁਨੇਹਾ ਘਰ ਨੂੰ ਲੈ ਕੇ ਜਾਇਓ, ਇੱਥੋਂ ਅੱਜ ਸੁਨੇਹਾ ਘਰ ਨੂੰ ਲੈ ਕੇ ਜਾਇਓ। ਇਹ ਮੁੰਡੇ ਦੇ ਕੋਲ ਨਾ ਤਾਂ ਸਰਕਾਰੀ ਤਾਕਤ ਸੀ, ਨਾ ਤਾਂ ਇਹ ਮੁੰਡੇ ਕੋਲ ਐਸ ਐਚ ਓ ਲਾਉਣ ਦੀ ਕੋਈ ਹਿੰਮਤ ਸੀ, ਨਾ ਇਹਨੂੰ ਕੋਈ ਗਰੰਟਾਂ ਦਿੱਤੀਆਂ। ਲੇਕਿਨ ਜਿਹੜਾ ਇੱਡਾ ਹਜੂਮ ਇਕੱਠਾ ਹੋਇਆ ਇਹਦੇ ਪਿਆਰ ਸਦਕੇ ਹੋਇਆ। ਕਹਿੰਦੇ ਸਰਵੇ ਕਰਾ ਰਹੀ ਹੈ ਪਾਰਟੀ, ਕਹਿੰਦੇ ਵਿਨੇਬਿਲਟੀ ਵੇਖ ਰਹੀ ਹੈ ਪਾਰਟੀ, ਬਿਲਕੁਲ ਵੇਖੀ ਜਾਵੇ। ਲੇਕਿਨ ਇਹਦੇ ਜੋਸ਼ ਔਰ ਇਹਦੇ ਜਜ਼ਬੇ ਨੂੰ ਉਹਨੂੰ ਵੀ ਵੇਖਿਆ ਜਾਵੇ, ਵੇਖਿਆ ਜਾਵੇ ਵੀ 2 ਸਾਲ ਦਾ ਜਦੋਂ ਇਹ ਪ੍ਰਧਾਨ ਬਣਿਆ ਕਰੋਨਾ ਦੇ ਵਿੱਚ, ਜਦੋਂ ਲੋਕ ਘਰਾਂ ਚ ਵੜ ਗਏ ਸੀ, ਕਿਹੜਾ ਖੜਾ ਸੀ ਤੁਹਾਡੇ ਵਿੱਚ, ਕਿਹੜਾ ਨਿਕਲਿਆ ਕਰੋ ਆਪਣੀ ਜਾਨ ਜੋਖਮ ਚ ਪਾ ਕੇ ਤੁਹਾਨੂੰ ਕਿੱਟਾਂ ਦੇਣ।
ਕਿਹੜਾ ਮੁੰਡਾ ਪਹੁੰਚਿਆ ਜਦੋਂ ਕਿਸਾਨੀ ਸੰਘਰਸ਼ ਹੋਇਆ ਕਿਹੜਾ ਮੁੰਡਾ ਪਹੁੰਚਿਆ ਇੰਡੀਆ ਗੇਟ ਕਿਹੜਾ ਮੁੰਡਾ ਪਹੁੰਚਿਆ ਟਰੈਕਟਰ ਰੈਲੀਆਂ ਤੇ ਕਿੰਨੇ ਕਿਰਾਏ ਪਰਚੇ ਕਿਹੜਾ ਮੁੰਡਾ ਤੁਹਾਡੇ ਲਈ ਖੜਿਆ ਇਹ ਫੈਸਲਾ ਤੁਸੀਂ ਕਰਨਾ ਮੈਂ ਫਿਰ ਤੁਹਾਨੂੰ ਕਹਿੰਦਾ ਇੱਥੇ ਸੁਪਰ ਸਟਾਰ ਆ ਕਹਿੰਦੇ ਸਿੱਧੂ ਮੂਸੇਵਾਲਾ ਬਾਈ ਤੇਰੀ ਚੜਾਈ ਆ ਸਾਰੇ ਕਹਿੰਦੇ ਪੰਜਾਬ ਤੇਰੀ ਚੜਾਈ ਆ ਸਾਰੇ ਪਾਰਟੀ ਕਹਿੰਦੀ ਵੀ ਪਾਰਟੀ ਨੂੰ ਫਾਇਦਾ ਹੋਊਗਾ ਮੈਂ ਤੈਨੂੰ ਪਤਾ ਨੀ ਉਮਰ ਚ ਵੱਡਾ ਛੋਟਾ ਤੈਨੂੰ ਅਪੀਲ ਕਰਦੇ ਆ ਤੂੰ ਜੀ ਸਦ ਕੇ ਪਾਰਟੀ ਦਾ ਫਾਇਦਾ ਕਰ ਲੇਕਿਨ ਕਿਸੇ ਨੌਜਵਾਨ ਦੇ ਹੱਕ ਦੇ ਉੱਤੇ ਡਾਕਾ ਮਾਰਨਾ ਇਹ ਕੋਈ ਗੱਲ ਨਹੀਂ ਬਣਦੀ ਨੌਜਵਾਨ ਦੀ ਲੜਾਈ ਲੜਨ ਵਾਲੇ ਲੋਕ ਨੌਜਵਾਨਾਂ ਦੀ ਲੜਾਈ ਲੜਨ ਵਾਲੇ ਲੀਡਰ ਹਮੇਸ਼ਾ ਨੌਜਵਾਨ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕ ਨੌਜਵਾਨਾਂ ਦੇ ਹੱਕ ਸੱਚ ਦੀ ਗੱਲ ਕਰਨ ਵਾਲੇ ਜਿਹੜੇ ਲੋਕ ਆ ਉਹ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਦੇ ਆ ਨਾ ਕਿ ਉਹਨਾਂ ਨੂੰ ਪਾਰਟੀ ਬਣਾ ਕੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਤੁਹਾਡੇ ਜੋਸ਼ ਵਿੱਚ ਕੋਈ ਕਮੀ ਨਹੀਂ ਤੁਹਾਡੇ ਜਜ਼ਬੇ ਚ ਕੋਈ ਕਮੀ ਨਹੀਂ ਲੇਕਿਨ ਆਪਾਂ ਇਕੱਠੇ ਹੋ ਕੇ ਆਪਾਂ ਸੋਚ ਸਮਝ ਕੇ ਫੈਸਲਾ ਕਰਨਾ ਆਪਣੀ ਜਿਹੜੀ ਲੜਾਈ ਆ ਉਹ MLA ਬਣਨ ਤੋਂ ਲੈ ਕੇ ਨੌਜਵਾਨਾਂ ਲਈ ਖੜਨ ਦੀ ਲੜਾਈ ਆ ਇਹਨਾਂ ਨੂੰ ਨੌਕਰੀਆਂ ਦਿਵਾਉਣ ਦੀ ਲੜਾਈ ਆ ਮੈਂ ਯਾਦ ਕਰਨਾ ਚਾਹੁੰਦਾ ਤੁਹਾਨੂੰ ਉਹ ਸਮਾਂ MLA ਬਣਨਾ ਕੋਈ ਔਖਾ ਨਹੀਂ ਆ ਲੇਕਿਨ MLA ਨਿਭਾਉਣਾ ਰਾਜਨੀਤੀ ਵਿੱਚ ਰਹਿਣਾ ਔਰ ਲੋਕਾਂ ਲਈ ਖੜਨਾ ਲੋਕਾਂ ਲਈ ਮਰਨਾ ਲੋਕਾਂ ਲਈ ਲੜਨਾ ਇਹ ਬਹੁਤ ਔਖਾ ਵਾ ਔਰ ਇਹ ਉਹੀ ਕਰ ਸਕਦਾ ਵਾ ਜਿੰਨੇ ਇਹ ਚੀਜ਼ਾਂ ਨੂੰ ਅੰਦਰੋਂ ਮਹਿਸੂਸ ਕੀਤਾ ਹੋਵੇ ਕਿੱਥੇ ਅੱਜ ਸਨੀ ਦਿਓਲ ਤੁਸੀਂ ਦੱਸੋ ਨੌਜਵਾਨੋ ਸਾਰੇ ਪੰਜਾਬ ਦੇ ਵਿੱਚ ਪਹਿਲਾਂ ਸਨੀ ਦਿਓਲ ਦੇ ਫੈਨ ਸੀ ਕਿਹੜਾ ਬੰਦਾ ਸੀ ਜਿਹੜਾ ਸਨੀ ਦਿਓਲ ਨੂੰ ਪਿਆਰ ਨਹੀਂ ਕਰਦਾ ਸੀ ਲੇਕਿਨ ਅੱਜ ਦੱਸੋ ਕਿੱਥੇ ਆ ਸਨੀ ਦਿਓਲ ਕਿੱਥੇ ਗਿਆ ਸਨੀ ਦਿਓਲ ਰਾਜਨੀਤੀ ਰਾਜਨੀਤੀ ਕੋਈ ਸ਼ੋਅ ਬਿਜ਼ਨਸ ਨਹੀਂ ਆ ਰਾਜਨੀਤੀ ਕੋਈ ਮਜ਼ਾਕ ਨਹੀਂ ਆ ਰਾਜਨੀਤੀ ਕੋਈ ਅਖਾੜਾ ਨਹੀਂ ਆ ਰਾਜਨੀਤੀ ਜਿਹੜੀ ਆ ਉਹ ਲੋਕਾਂ ਲਈ ਲੜਨ ਦੀ ਖੜਨ ਦੀ ਆ ਕੋਈ ਵੀ ਕਰ ਸਕਦਾ ਕੋਈ ਵੀ ਸਿੰਗਰ ਕੋਈ ਵੀ ਬਿਜ਼ਨਸਮੈਨ ਕੋਈ ਵੀ ਕਿਸਾਨ ਰਾਜਨੀਤੀ ਚ ਵੈਲਕਮ ਆ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਆਵੇ ਲੇਕਿਨ ਆ ਕੇ ਆਪਣੀ ਜਗੀਰ ਨਾ ਸਮਝੇ ਕੋਈ ਇੱਥੇ ਇਹ ਨਾ ਕੋਈ ਸਮਝੇ ਵੀ ਮੇਰੀ ਜਗੀਰ ਆ ਜਾਂ ਪਾਰਟੀ ਕਿਸੇ ਦੀ ਜਗੀਰ ਆ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਡਿਸਿਪਲਿਨ ਨੂੰ ਸਮਝ ਕੇ ਇਹ ਮੇਰੇ ਨਾਲ ਵੀ ਪੇਚਾ ਫਸਿਆ ਹੋਇਆ ਸਾਡੇ ਵੀ ਉੱਥੇ ਵੱਡੇ ਵੱਡੇ ਮਗਰਮੱਛ ਤੁਰੇ ਫਿਰਦੇ ਕਈ ਜਿਹੜੇ ਸਮਝਦੇ ਆ ਵੀ ਪਤਾ ਨੀ ਸਾਡੇ ਬਿਨਾਂ ਪਾਰਟੀ ਨਹੀਂ ਪਾਰਟੀ ਜਿਹੜੀ ਆ ਉਹ ਹਰੇਕ ਨੌਜਵਾਨ ਨੂੰ ਵੇਖਦੀ ਆ ਪਾਰਟੀ ਜਿਹੜੀ ਆ ਜਸਪਿੰਦਰ ਵਰਗੇ ਮੁੰਡਿਆਂ ਨੂੰ ਅੱਗੇ ਲੈ ਕੇ ਆਉਂਦੀ ਆ ਔਰ ਪਾਰਟੀ ਜਿਹੜੀ ਆ ਇਹੋ ਜਿਹੇ ਮੁੰਡਿਆਂ ਨੂੰ MLA ਬਣਾਉਂਦੀ ਆ ਸੋ ਮੈਂ ਤੁਸੀਂ ਇੰਨੇ ਵਗਦੇ ਮੀਂਹ ਵਿੱਚ ਇੱਥੇ ਖੜੇ ਹੋ ਮੈਂ ਤੁਹਾਨੂੰ ਸਿਰਫ ਇੱਕ ਹੀ ਬੇਨਤੀ ਕਰਦਾ ਇਹ ਸਮਾਂ ਜਿਹੜਾ ਵਾ ਬੜਾ ਨਾਜ਼ੁਕ ਪੰਜਾਬ ਦੇ ਵਿੱਚ 117 MLA ਬਣਨੇ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਅਸੀਂ ਬਣਾਉਣਾ ਚਾਹੁੰਦੇ ਹਾਂ ਮੈਂ ਪਾਰਟੀ ਨੂੰ ਵੀ ਪੁੱਛਦਾ ਵਾਂ ਜਦੋਂ ਆਪਾਂ ਇੰਡੀਆ ਵੱਡੀਆਂ ਵੱਡੀਆਂ ਸਕੀਮਾਂ ਲਾਈਆਂ ਜਦੋਂ ਆਪਾਂ ਬਿਜਲੀ ਤੋਂ ਲੈ ਕੇ ਤੇਲ ਤੋਂ ਲੈ ਕੇ ਅੱਜ ਕੱਚੇ ਮੁਲਾਜ਼ਮਾਂ ਤੋਂ ਲੈ ਕੇ ਹਰ ਜਿਹੜਾ ਫੈਸਲਾ ਵਾ ਲੋਕ ਪੱਖੀ ਕੀਤਾ ਤੇ ਕੀ ਗੱਲ ਇਹ ਫੈਸਲੇ ਘੱਟ ਨਹੀਂ ਆ ਇਹ ਫੈਸਲਿਆਂ ਦੇ ਉੱਤੇ ਸਰਕਾਰ ਨਹੀਂ ਬਣ ਸਕਦੀ ਇਹ ਫੈਸਲੇ ਕੀ ਗੱਲ ਲੋਕਾਂ ਨੂੰ ਪਸੰਦ ਨਹੀਂ ਆ ਰਹੇ ਅਗਰ ਇਹ ਫੈਸਲੇ ਪਸੰਦ ਆ ਰਹੇ ਆ ਤੇ ਫਿਰ ਆਪਾਂ ਨੂੰ ਬਾਹਰੋਂ ਅੰਦਰੋਂ ਉੱਪਰੋਂ ਨੀਚੋ ਲਿਆ ਕੇ ਕਿਸੇ ਮੁੰਡੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਕਿਸੇ ਮੁੰਡੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਉਹ ਮਗਰਲੇ ਖੜੇ ਮੈਂ ਤੁਹਾਨੂੰ ਆਪਣਾ ਗੱਲ ਦੱਸ ਦਿੰਦਾ ਜਸਪਿੰਦਰ ਅੱਜ ਜਦੋਂ ਲੋੜ ਪਈ ਤੇ ਇਹਦੇ ਨਾਲ ਯੂਥ ਕਾਂਗਰਸ ਖੜੀ ਅੱਜ ਜਦੋਂ ਲੋੜ ਪਈ
ਇਹਦੇ ਨਾਲ ਇਹਦੇ ਆਪਣੇ ਖੜੇ ਤੁਹਾਨੂੰ ਵੀ ਕੱਲ ਨੂੰ ਲੋੜ ਪੈਣੀ ਆ ਤੁਹਾਨੂੰ ਵੀ ਕੱਲ ਨੂੰ ਲੋੜ ਪਊਗੀ ਯੂਥ ਕਾਂਗਰਸ ਉਹ ਖੜ ਜਾ ਸੰਗ ਨਾ ਪਾੜ ਉਹ ਖੜ ਜਾ ਹੌਸਲਾ ਰੱਖ ਕੱਲ ਨੂੰ ਤੁਹਾਨੂੰ ਵੀ ਲੋੜ ਪਊਗੀ ਤੁਹਾਨੂੰ ਵੀ ਰਾਤ ਨੂੰ ਡੇਢ ਵਜੇ ਜਦੋਂ ਫੋਨ ਕਰਨਾ ਪਊਗਾ ਐਮਐਲਏ ਦਾ ਕੰਮ ਕੱਲਾ ਵਿਆਹ ਸ਼ਾਦੀ ਭੋਗ ਔਰ ਸਟਾਰ ਪਾਵਰ ਗਲੈਮਰ ਪਾਵਰ ਨਹੀਂ ਹੁੰਦਾ ਜਦੋਂ ਵਿਪਤਾ ਪੈਂਦੀ ਹੈ ਨਾ ਕਿਸੇ ਦਿਨ ਸਿਰ ਤੇ ਜਦੋਂ ਕੋਈ ਵਿਰੋਧੀ ਧੱਕਾ ਕਰਦਾ ਵਾ ਨਾ ਜਦੋਂ ਕੋਈ ਦੇ ਪੈਨਸ਼ਨ ਨਹੀਂ ਲੱਗਦੀ ਜਦੋਂ ਕਿਤੇ ਨੀਲਾ ਕਾਰਡ ਨਹੀਂ ਬਣਦਾ ਜਦੋਂ ਕੋਈ ਅਫਸਰ ਧੱਕਾ ਕਰਦਾ ਵਾ ਉਦੋਂ ਸੋਚੋ ਕਿਹਦੀ ਬਾਹ ਫੜੋਗੇ ਕਿਹਨੂੰ ਫੋਨ ਲਾਓਗੇ ਉਦੋਂ ਕਿਹੜੇ ਪਿਓ ਨੂੰ ਇਹ ਪੁੱਛੋਗੇ ਵੀ ਭਾਈ ਮੇਰਾ ਪਿਓ ਤਾਂ ਘਰੇ ਬੈਠਾ ਲੇਕਿਨ ਆ ਮੇਰੇ ਸਿਰ ਦੇ ਉੱਤੇ ਕਿਹੜੇ ਆ ਕੇ ਬੈਠ ਗਏ ਇਸ ਕਰਕੇ ਉਹ ਸਮਾਂ ਯਾਦ ਕਰੋ ਜਦੋਂ ਮੁਸੀਬਤਾਂ ਪੈਣਗੀਆਂ ਜਦੋਂ ਮੁਸ਼ਕਲਾਂ ਆਉਣਗੀਆਂ ਅੱਜ ਤਾਂ ਇਲੈਕਸ਼ਨ ਆ ਅੱਜ ਤਾਂ ਸਾਰਿਆਂ ਨੇ ਆਉਣਾ ਅੱਜ ਤਾਂ ਸਾਰਿਆਂ ਨੇ ਗੋਡੀ ਹੱਥ ਲਾਉਣਾ ਲੰਮੇ ਪੈਣਾ ਡੰਡੋਤਾਂ ਕਰਨੀਆਂ ਲੇਕਿਨ ਬਾਅਦ ਦੇ ਵਿੱਚ ਜੇ ਕੋਈ ਨਾਂ ਲੱਭਿਆ ਨਾ ਫਿਰ ਕਿਸੇ ਉਸ ਲੀਡਰ ਨੂੰ ਨਾ ਮਾੜਾ ਕਿਹੋ ਫਿਰ ਇਹ ਨਾ ਕਿਹੋ ਵੀ ਫਲਾਨਾ ਮਾੜੀ ਕਰ ਗਿਆ ਉਦੋਂ ਯਾਦ ਰੱਖਿਓ ਵੋਟ ਤੁਸੀਂ ਪਾਣੀ ਆ ਔਰ ਵੋਟ ਉਹਨੂੰ ਪਾਇਓ ਜਿਹੜਾ ਤੁਹਾਡੇ ਨਾਲ ਖੜੂਗਾ ਅੜੂਗਾ ਲੜੂਗਾ ਮਰੂਗਾ ਸੋ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਮੈਂ ਫਿਰ ਕਹਿੰਦਾ ਟਿਕਟ ਕੋਈ ਵੀ ਮੰਗ ਸਕਦਾ ਟਿਕਟ ਮੰਗਣਾ ਸਭ ਦਾ ਹੱਕ ਆ ਬਾਈ ਸਿੱਧੂ ਵੀ ਮੰਗ ਸਕਦਾ ਨਵਜੋਤ ਸਿੱਧੂ ਵੀ ਲੈ ਸਕਦਾ ਸਿੱਧੂ ਮੂਸੇਵਾਲਾ ਵੀ ਮੰਗ ਸਕਦਾ ਵਰਿੰਦਰ ਢਿੱਲੋਂ ਵੀ ਮੰਗ ਸਕਦਾ ਕੋਈ ਵੀ ਮੰਗ ਸਕਦਾ ਲੇਕਿਨ ਕਿਸੇ ਨੂੰ ਨਕਾਰਨਾ ਕਿਸੇ ਦਾ ਹੱਕ ਮਾਰਨਾ ਉਹ ਕਿਸੇ ਪਾਸੋਂ ਰਾਜਨੀਤੀ ਦੇ ਵਿੱਚ ਸਹੀ ਦਸਤੂਰ ਨਹੀਂ ਆ ਇਹ ਰਾਜਨੀਤੀ ਆ ਇਹਦੇ ਵਿੱਚ ਅਸੀਂ ਕਿਸੇ ਨਾਲ ਵਿਗਾੜ ਨਹੀਂ ਪਾਉਣਾ ਸਾਡੇ ਕਿਸੇ ਨਾਲ ਕੋਈ ਮਸਲਾ ਨਹੀਂ ਹੈਗਾ ਟਿਕਟ ਦੇ ਕਰਕੇ ਮੈਂ ਫਿਰ ਦੁਬਾਰਾ ਆਪਣੀ ਪਾਰਟੀ ਨੂੰ ਅਪੀਲ ਕਰਦਾ ਐਵੇਂ ਨਾ ਕੁੰਡੀਆਂ ਦੇ ਸਿੰਘ ਫਸਾਓ ਨੌਜਵਾਨਾਂ ਦੇ ਐਵੇਂ ਨਾ ਪਾਰਟੀਆਂ ਦੇ ਵਿੱਚ ਪਾੜ ਪਵੇ ਐਵੇਂ ਨਾ ਆਪਸੀ ਭਾਈਚਾਰੇ ਵਿੱਚ ਫਿੱਕ ਪਵੇ ਤੁਸੀਂ ਬੁਲਾਓ ਔਰ ਗੱਲ ਕਰੋ ਲੋਕਾਂ ਨਾਲ ਆਓ ਆ ਕੇ ਵੇਖੋ ਇੱਥੇ ਰੈਲੀਆਂ ਆਓ ਆ ਕੇ ਵੇਖੋ ਇੱਥੇ ਇਕੱਠ ਔਰ ਬਹਿ ਕੇ ਇਸ ਚੀਜ਼ ਦਾ ਫੈਸਲਾ ਕਰੋ ਇਹ ਪਾਰਟੀ ਨੂੰ ਵੀ ਨੁਕਸਾਨ ਹੋਊਗਾ ਨੌਜਵਾਨਾਂ ਦਾ ਹੌਸਲਾ ਵੀ ਡੋਲੂਗਾ ਔਰ ਕੱਲ ਨੂੰ ਯੂਥ ਕਾਂਗਰਸ ਦੇ ਵਿੱਚ ਨੌਜਵਾਨਾਂ ਨੂੰ ਅਸੀਂ ਕਿਹੜੇ ਮੂੰਹ ਨਾਲ ਕਵਾਂਗੇ ਕਿਹੜੇ ਮੂੰਹ ਨਾਲ ਕਵਾਂਗੇ ਵੀ ਆਓ ਨੌਜਵਾਨੋ ਆਪਾਂ ਹੱਕ ਸੱਚ ਦੀ ਲੜਾਈ ਨਹੀਂ ਲੜਨੀ ਸੋ ਇਸ ਕਰਕੇ ਮੇਰੀ ਬੇਨਤੀ ਆ ਆਪਣੇ ਮੁੱਖ ਮੰਤਰੀ ਨੂੰ ਨਵਜੋਤ ਸਿੱਧੂ ਨੂੰ ਸੁਨੀਲ ਜਾਖੜ ਨੂੰ ਸਮੁੱਚੀ ਸਕਰੀਨਿੰਗ ਕਮੇਟੀ ਨੂੰ ਵੀ ਤੁਸੀਂ ਇਹ ਥੱਲੇ ਜਿਹੜੇ ਸਿੰਘ ਫਸੇ ਆ ਇਹਨਾਂ ਨੂੰ ਇਹਦਾ ਫੈਸਲਾ ਛੇਤੀ ਕਰੋ ਨਹੀਂ ਤਾਂ ਇਹ ਲੋਕਾਂ ਨੇ ਸਾਨੂੰ ਮਾਫ ਨਹੀਂ ਕਰਨਾ ਇਹ ਲੋਕਾਂ ਨੇ ਇਸ ਚੀਜ਼ ਨੂੰ ਭੁੱਲਣਾ ਨਹੀਂ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਜਸਪਿੰਦਰ ਤੈਨੂੰ ਵੀ ਬੇਨਤੀ ਕਰਦਾ ਤੂੰ ਵੀ ਕਿਸੇ ਖਿਲਾਫ ਤਿੱਖਾ ਜਿਹੜਾ ਬੋਲ ਰਿਹਾ ਠੀਕ ਆ ਤੇਰੀ ਭਾਵਨਾ ਲੋਕਾਂ ਦੀਆਂ ਭਾਵਨਾਵਾਂ ਵਾ ਆਪਾਂ ਨੂੰ ਗੱਲ ਕਰਨੀ ਪੈਂਦੀ ਆ ਲੇਕਿਨ ਆਪਣੀ ਲੜਾਈ ਅਕਾਲੀ ਦਲ ਨਾਲ ਆਪਣੀ ਲੜਾਈ ਆਮ ਆਦਮੀ ਨਾਲ ਇਹ ਡਰਾਮੇਬਾਜ਼ ਬੰਦਿਆਂ ਨਾਲ ਜਿਹੜੇ ਦਿੱਲੀ ਤੋਂ ਉੱਠ ਕੇ ਆ ਕੇ ਇੱਥੇ ਪੰਜਾਬ ਲੁੱਟਣ ਆ ਗਏ ਆ ਉਹ ਲੋਕ ਜਿਨ੍ਹਾਂ ਨੂੰ ਪੰਜਾਬ ਬਾਰੇ ਸਮਝ ਨਹੀਂ ਪੰਜਾਬ ਦੀ ਰਾਜਨੀਤੀ ਪੰਜਾਬ ਦੇ ਕਲਚਰ ਦੀ ਸਮਝ ਨਹੀਂ ਔਰ ਅੱਜ ਉੱਠ ਕੇ ਆ ਕੇ ਸਾਨੂੰ ਨਸੀਹਤਾਂ ਦਿੰਦੇ ਆ ਪਿਛਲੀ ਵਾਰ ਭਾਵੇਂ ਨਾਜਰ ਸਿੰਘ ਅੰਕਲ ਆਪਣੇ ਨਾਲ ਅੱਜ ਆਪਣੀ ਪਾਰਟੀ ਚ ਲੇਕਿਨ ਪਿਛਲੀ ਵਾਰ ਵੀ ਤੁਸੀਂ ਇਸ ਚੀਜ਼ ਦਾ ਸਦਮਾ ਭੁਗਤਿਆ ਸੀ ਸੋ ਐਤਕੀ ਮਾਨਸੇ ਵਾਲਿਓ ਤਕੜੇ ਹੋ ਕੇ ਫੈਸਲਾ ਕਰਿਓ ਇਸ ਮੁੰਡੇ ਦੀ ਬਾਂਹ ਫੜ ਕੇ ਰੱਖੋ ਇਹ ਮੁੰਡਾ ਬਹੁਤ ਅੱਗੇ ਤੱਕ ਜਾਊਗਾ ਜਸਪਿੰਦਰ ਬਹੁਤ ਅੱਗੇ ਤੱਕ ਜਾਊਗਾ ਇਹ ਜਿਹੜੇ ਸੰਘਰਸ਼ ਚੋਂ ਨਿਕਲ ਰਿਹਾ ਜਿਹੜੇ ਤਪ ਚੋਂ ਨਿਕਲ ਰਿਹਾ ਇਹ ਤਪ ਕੇ ਸੰਘਰਸ਼ ਕਰਕੇ ਜਿਸ ਦਿਨ ਅੱਗੇ ਪਹੁੰਚੂਗਾ ਇਹ ਹਮੇਸ਼ਾ ਤੁਹਾਡੇ ਵਰਗੇ ਭਰਾਵਾਂ ਦਾ ਤੁਹਾਡੀਆਂ ਵਰਗੀਆਂ ਮਾਤਾਵਾਂ ਦਾ ਭਰਾਵਾਂ ਦਾ ਹਮੇਸ਼ਾ ਯਾਦ ਰੱਖੂਗਾ ਸੋ ਅਖੀਰ ਦੇ ਵਿੱਚ ਮੈਂ ਫਿਰ ਦੁਬਾਰਾ
जसपिंदर तेरी ताकत दी और तेरी हिम्मत दी दाद दिना वा। अज बेशक हर कोई अपने अपने इलाके दे विच संघर्ष कर रहा, हर कोई दी एक आस उम्मीद आ, लेकिन जड़ा तू आ माहौल बनाया ये हर उस नौजवान वास्ते, हर उस बंदे वास्ते राजनीति का प्रतीक आ, भी अगर टिकट मंगनी आ, अगर टिकट लड़नी आ और अगर MLA बनना ते आ ताकत हुंदी आ, इस ताकत दे नाल लड़िया जांदा वा। सो मैं अज मानसे दी धरती ते, इस शूरवीरां दी धरती ते आए हां और अपील करदे हां